ਜੇ ਆਮ ਆਦਮੀ ਪਾਰਟੀ ਨੇ ਹੁਣ ਰਾਜੇਪਾਲ ਸਾਹਿਬ ਕੀ ਕਰਨਗੇ, 5 ਉਮੀਦਵਾਰ ਹੋਰ ਐਲਾਨ ਤੇ ਸੁਰਜਿੰਦਰ ਜਿਹੜਾ ਸਿੰਘ ਲਾਲੀ ਬਜੀਠੀਆ ਉਹ ਬਜੀਠਾ ਤੋਂ, ਅੰਮ੍ਰਿਤਸਰ ਕੇਂਦਰੀ ਤੋਂ ਅਜੇ ਗੁਪਤਾ, ਤਰਨ ਤਾਰਨ ਤੋਂ ਡਾਕਟਰ ਕਸ਼ਮੀਰ ਸਿੰਘ, ਜਲੰਧਰ ਕੈਂਟ ਤੋਂ ਸੁਰਿੰਦਰ ਸੋਢੀ, ਭਾਈ ਦੋ ਹਾਕੀ ਵਾਲੇ ਲੜਨਗੇ ਇਸ ਵਾਰ ਤਾਂ, ਔਰ ਮਲੋਟ ਤੋਂ ਡਾਕਟਰ ਬਲਜੀਤ ਕੌਰ 101 ਹੋ ਗਏ। ਹੁਣ ਬਸ ਰਾਜੇਪਾਲ ਸਾਹਿਬ ਕੀ ਕਰੋਗੇ ਜੀ, ਹੁਣ ਤਾਂ ਉਹਨਾਂ ਨੇ ਰਹਿ ਹੀ 16 ਗਏ ਕਿ 16 ਤੇ ਸਮਝੌਤਾ ਕਰ ਲਵੋਗੇ, ਜਿਹੜੀਆਂ ਮੀਟਿੰਗਾਂ ਤੁਹਾਡੀਆਂ ਹੋ ਰਹੀਆਂ ਨੇ। ਮੈਨੂੰ ਲੱਗਦਾ ਕਿ ਰਾਜੇਪਾਲ ਸਾਹਿਬ ਦੇ ਕਿਤੇ ਮਨ ਚ ਕੁਛ ਹੋਰ ਹੀ ਚੱਲ ਰਿਹਾ ਲੱਗਦਾ, ਜਿੰਨੀ ਉਹਨਾਂ ਦਾ ਸੌਫਟ ਕਰ ਰਿਹਾ ਆਮ ਆਦਮੀ ਪਾਰਟੀ ਨਾਲ। ਮੈਂ ਨਹੀਂ ਕਹਿੰਦਾ ਵੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਲੇਕਿਨ ਜਿਹੜੀਆਂ ਜਲੰਧਰ ਚ ਇਕੱਠੀਆਂ ਹੋਈਆਂ ਸੀ ਨਾ ਜਥੇਬੰਦੀਆਂ, ਉਹਨਾਂ ਨੇ ਇੱਕ ਪੋਜੀਸ਼ਨ ਰਾਜੇਪਾਲ ਸਾਹਿਬ ਦੀ ਇੱਕ ਖਰਾਬ ਇਸ ਕਰਕੇ ਕਰਤੀ ਕਿ ਹੁਣ ਕੀ ਜਵਾਬ ਦੇਣ। ਉਹ ਕਹਿੰਦੇ ਇਕੱਲੇ ਲੜੋ, ਇਹ ਕਹਿੰਦੇ ਵੀ ਸਾਡੇ, ਅਸੀਂ ਵੈਸੇ ਇੱਕ ਟੀਮ ਵਕੀਲਾਂ ਦੀ ਲਾਈ ਹੈ, ਉਹ ਕਰ ਰਹੀ ਹੈ, ਸਿੰਬਲ ਵੀ ਮਿਲ ਜੂ, ਇਹਨਾਂ ਨੂੰ ਆਸ ਹੈ। ਪਰ ਦੂਜੇ ਪਾਸੇ ਆਸ ਤਾਂ ਇਹੀ ਹੈ ਕਿ ਇਹ ਜਿਹੜਾ ਹੈ ਆਮ ਆਦਮੀ ਪਾਰਟੀ ਨਾਲ ਲੜਨ, ਕਿਤੇ ਇਹਨਾਂ ਦੇ ਮਨ ਚ ਇਹ ਤਾਂ ਨਹੀਂ ਵੀ ਜਿੰਨੇ ਵੀ ਦਿੰਦੇ ਨੇ ਉਹਨਾਂ ਕਰ ਲੈ। ਜੇ ਉਹ ਕਹਿੰਦੇ ਨੇ ਵਾਪਸ ਲੈ ਲੈਣਗੇ, ਮੈਨੂੰ ਕਿਹਾ ਜਿਨ੍ਹਾਂ ਦੀਆਂ ਟਿਕਟਾਂ ਵਾਪਸ ਹੋਣਗੀਆਂ ਉੱਥੇ ਵਿਰੋਧ ਨਹੀਂ ਹੋਊਗਾ। ਵੈਸੇ ਉਹਨਾਂ ਦੇ ਇਸ ਬਿਆਨ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ, ਖਾਸ ਤੌਰ ਤੇ ਇੱਧਰ ਲੁਧਿਆਣਾ ਮਾਲਵੇ ਦੇ ਇਸੇ ਖਿੱਤੇ ਦੀਆਂ ਸੀਟਾਂ ਤੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਹੋਊ, ਕਿਤੇ ਸਾਡੀ ਤਾਂ ਸੀਟ ਜਿਹੜੀ ਹੈ ਰਾਜੇਵਾਲ ਨੂੰ ਦੇ ਦਿੱਤੀ ਜਾਵੇ। ਬਹੁਤ ਕੁਝ ਚੱਲ ਰਿਹਾ, ਲੇਕਿਨ ਜਿਸ ਤਰੀਕੇ ਨਾਲ ਇਹ ਕਿਸਾਨਾਂ ਦੀ ਇਹ ਸਿਆਸਤ ਜਾਣ ਦੀ ਗੱਲ ਚੱਲ ਰਹੀ ਹੈ, ਉਧਰੋਂ ਦੀਪ ਸਿੱਧੂ ਉਹ ਅਟੈਕ ਕਰ ਰਿਹਾ ਹੈ, ਤੇ ਇਧਰੋਂ ਜਿਹੜਾ ਹੈ ਇਹ ਦੀਪ ਸਿੱਧੂ ਨੂੰ ਕਹਿ ਰਹੇ ਨੇ ਕੋਈ ਨੀ, ਮੈਂ ਇਹ ਮੈਨੂੰ ਮਰਵਾਉਣ ਨੂੰ ਫਿਰਦਾ, ਬਹੁਤ ਸਾਰੀਆਂ ਗੱਲਾਂ। ਇਹ ਦੀਪ ਸਿੱਧੂ ਭਾਵੇਂ ਤਾਂ ਫਿਲਮ ਐਕਟਰ ਹੈ, ਇਹਨਾਂ ਚ ਵੀ ਗਰੁੱਪ ਨੇ, ਔਰ ਇਹ ਤਾਂ ਪਹਿਲਾਂ ਹੀ ਮਤਲਬ ਜਦੋਂ ਫੜਿਆ ਗਿਆ ਸੀ ਰਾਜੇਵਾਲ ਨੇ ਇਹਨੂੰ ਤੇ ਲੱਖਾਂ ਸਧਾਰਾਂ ਨੂੰ ਕਿਸਾਨ ਜਥੇਬੰਦੀਆਂ ਨੇ ਮੇਨ ਸਟੇਜ ਤੋਂ ਦੂਰ ਰੱਖਿਆ ਸੀ, ਇਹਨਾਂ ਦਾ ਆਪਸ ਵਿਰੋਧ ਤਾਂ ਸੀ ਆਪਾਂ ਨੂੰ ਪਤਾ ਹੈ, ਲੇਕਿਨ ਹੁਣ ਇੱਕ ਦੂਜੇ ਦੇ ਖਿਲਾਫ ਜਿਵੇਂ ਬਿਆਨਬਾਜ਼ੀ ਹੋ ਰਹੀ ਹੈ। ਰਾਜੇਵਾਲ ਕਹਿੰਦੇ ਕੋਈ ਨੀ, ਜਦੇ ਮੈਂ ਭੜੀਸੂ ਇਹਨੂੰ ਜਦੇ ਮੇਰਾ ਦਾਅ ਲੱਗਿਆ। ਦੂਜੇ ਪਾਸੇ ਦੀਪ ਸਿੱਧੂ ਕਹਿੰਦਾ ਹੁਣ ਜਿਹੜੇ ਦਿੱਲੀ ਦਾ ਝੂਠ ਦਾ ਪਲੰਦਾ ਖੁੱਲ ਗਿਆ, ਜਿਹੜੀ ਦੂਜੇ ਇੱਕ ਦੂਜੇ ਬਾਰੇ ਬਹੁਤ ਤਿੱਖੇ ਬੋਲ ਦੋਨੇ ਬੋਲ ਰਹੇ ਨੇ, ਔਰ ਸਿਆਸਤ ਨੂੰ ਲੈ ਕੇ ਵੀ ਦੀਪ ਸਿੱਧੂ ਨੇ ਕਈ ਗੱਲਾਂ ਕੀਤੀਆਂ, ਪਰ ਉਹ ਆਪਾਂ ਕਦੇ ਫੇਰ ਕਰਾਂਗੇ।